ਅਕਾਲ ਜੀ ਸਾਰਿਆਂ ਨੂੰ ਦੁਪਹਿਰ ਦਾ ਸਮਾਂ ਹੋ ਚੁੱਕਿਆ ਬੱਚੇ ਦੁਪਹਿਰ ਦੀ ਗੇਮ ਲਾਉਣ ਲਈ ਤਿਆਰ ਨੇ ਇੱਧਰ ਦੀਦੀ ਜੀ ਹੁਣੀ ਧੁੱਪ ਸੇਕ ਰਹੇ ਨੇ ਠੰਡ ਕਹਿੰਦੇ ਬਹੁਤ ਆ ਅੰਦਰ ਧੁੱਪ ਤਾਂ ਮਸੀ ਮਸੀ ਨਿਕਲਦੀ ਹੈ ਸਾਡਾ ਯੁਵਰਾਜ ਸਿੰਘ ਦਸਾਂਝ ਅੱਛਾ ਉਹਨੂੰ ਵੀ ਚੌਕ ਚਾਹੀਦਾ ਇੱਧਰ ਡੈਡੀ ਜੀ ਚਾਹ ਪੀ ਰਹੇ ਨੇ ਟੀਮਾਂ ਟੌਸ ਕਰਨ ਲੱਗੀਆਂ ਆ ਪਹਿਲਾਂ ਕਿਹਨੇ ਖੇਲਣਾ ਇੱਧਰ ਟੌਸ ਹੋਣ ਲੱਗੀ ਹੈ ਕ੍ਰਿਕਟ ਖੇਲਣ ਲਈ ਪਹਿਲਾਂ ਕੌਣ ਖੇਡੂਗਾ ਅਤੇ ਦੂਜੇ ਨੰਬਰ 'ਤੇ ਕੌਣ ਖੇਲੂਗਾ ਦੇਖੋ ਹੁਣ ਇੱਕ ਨੰਬਰ 'ਤੇ ਕੌਣ ਓਕੇ ਗੁਰਲੀਨ ਪਹਿਲੇ ਅਤੇ ਚੌਥੇ 'ਤੇ ਭਾਜੀ ਦੂਜੇ ਨੰਬਰ 'ਤੇ ਪੰਜ ਨੰਬਰ ਗੁਰ ਮਨਰਾਜ ਆਪਣੀ ਡਰਾਇੰਗ ਕਰ ਇਹ ਜਿਹੜਾ ਸੀ ਸਕੂਲ ਪੜ੍ਹਦੇ ਘਰ ਬਣਾਈ ਦਾ ਹੁੰਦਾ ਸੀ ਝੋਂਪੜੀ ਵਾਲਾ ਘਰ ਬਣਾ ਰਹੇ ਨੇ ਪਤਾ ਨਹੀਂ ਸੀ ਇੱਦਾਂ ਦੀ ਝੋਂਪੜੀ ਇੱਥੇ ਦੇ ਘਰਾਂ ਦੇ ਡਿਜ਼ਾਇਨ ਵੀ ਇਹੀ ਨੇ ਸੇਮ ਖਿੱਚਾ ਉਹਦੇ ਵੱਡੀ ਮੰਮੀ ਨੇ ਘਰ ਬਣਾਇਆ ਉਹਦੇ ਇੱਧਰ ਹਰਲੀਨ ਅਤੇ ਗੁਰਨੂਰ ਕੀ ਬਣਾ ਰਹੀਆਂ ਇਹ ਦੋਨਾਂ ਦੀ ਜੋਟੀ ਬਹੁਤ ਜ਼ਿਆਦਾ ਆ ਗੁਰਲੀਨ ਨਾਲ ਇਹਨਾਂ ਦੋਨਾਂ ਦੀ ਨਹੀਂ ਬਣਦੀ ਹਰਲੀਨ ਤੁਹਾਡੀ ਸਤਿ ਸ਼੍ਰੀ ਅਕਾਲ ਗੁਰਨੂਰ ਨੇ ਤਾਂ ਬਹੁਤ ਸੋਹਣੀ ਡਰਾਇੰਗ ਕਰਤੀ ਇੱਥੇ ਅੱਠ ਨੌ ਦਸ ਹੋਈ ਲਾ ਦੀ ਰਿਕਾਰਡ ਹੁਣ ਤੀਜੇ ਖਿਡਾਰੀ ਚੜ ਚੁੱਕੇ ਨੇ ਫੀਲਡ ਤੇ ਬੋਲੀ ਮੰਮਾ ਲੱਗੇ ਬਣਾਉਣ ਹੋ ਗਈ ਤਿਆਰੀ ਚਲੋ ਅਸੀਂ ਅੱਜ ਬਣਾਉਣ ਲੱਗੇ ਹਾਂ ਕੁਲਚੇ ਛੋਲੇ ਬੱਚੇ ਕਹਿੰਦੇ ਕੁਛ ਖਾਣ ਨੂੰ ਦਿਓ ਭੁੱਖ ਲੱਗ ਗਈ ਸਾਨੂੰ ਅੱਜ ਖੇਡਦਿਆਂ ਨੂੰ ਕੀ ਲੱਭਦੇ ਤੁਸੀਂ ਜੰਪਰੋ
ਬਾਹਰ ਦੇਖ ਮੇਰੇ ਪਤਾ ਕੁਰਸੀ ਤੇ ਉੱਪਰ ਆਪਣੇ ਰੂਮ ਚ ਦੇਖਿਆ ਇਹ ਨੇ ਜੀ ਚਨੇ ਇਹਨਾਂ ਨੂੰ ਬੋਇਲ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਪਹਿਲੇ ਹੀ ਬੋਇਲ ਹੁੰਦੇ ਨੇ ਬਸ ਇੱਕ ਵਾਰੀ ਅਸੀਂ ਇਹਨਾਂ ਨੂੰ ਪਾਣੀ 'ਚ ਸਾਫ਼ ਕਰ ਲਈਦਾ ਆ ਮੰਮੀ ਵੀ ਆ ਗਿਆ ਬਾਹਰੋਂ ਕਹਿੰਦੇ ਬੈਕਯਾਰਡ 'ਚ ਗਰਮੀ ਲੱਗਦੀ ਆ ਯੂ ਵੀ ਤੁਸੀਂ ਕਰਨ ਲੱਗੇ ਨਮਕ ਪਾ ਲਿਆ ਇਹ ਜਿਹੜੇ ਇੰਡੀਆ ਖਾਈਦੇ ਆ ਉਹਦਾ ਸਵਾਦ ਬਹੁਤ ਆਉਂਦਾ ਹੈ ਆਪਣਾ ਟੇਸਟ ਪੂਰਾ ਕਰਨਾ ਹੀ ਹੁੰਦਾ ਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਜੋ ਤੁਹਾਡਾ ਦਿਲ ਕਰਦਾ ਇਹਦੇ ਵਿੱਚ ਐਡ ਕਰ ਸਕਦੇ ਹੋ ਪਿਆਜ਼ ਹਰੀਆਂ ਮਿਰਚਾਂ ਮਸਾਲੇ ਅਸੀਂ ਤਾਂ ਆਪਣੇ ਦੇਸੀ ਸਟਾਈਲ ਨਾਲ ਬਣਾ ਲਈਦਾ ਜੋ ਸਾਡੇ ਬੱਚਿਆਂ ਨੂੰ ਪਸੰਦ ਆ ਪਹਿਲਾਂ ਬੱਚਿਆਂ ਨੂੰ ਦੇ ਦਿਓ ਮੰਮੀ ਤੁਸੀਂ ਸਪਾਈਸੀ ਖਾਣਾ ਦੇਖੋ ਕਿੰਨੇ ਸੋਹਣੇ ਲੱਗ ਰਹੇ ਦੇਖਣ ਨੂੰ ਖਾਣ ਚ ਵੀ ਇੰਨੇ ਜੰਮੀ ਹੋਣੇ ਨੇ ਏਦਾਂ ਬਣਾਓ ਇੰਡੀਆ ਦੀ ਯਾਦ ਸਾਰਿਆਂ ਤੋਂ ਪਹਿਲਾਂ ਹੁੰਦੀ ਉਹ ਜਿਹੜਾ ਮੋੜ ਤੇ ਉੱਤੇ ਸਕੂਲ ਦੇ ਉੱਤੇ ਖੜਦਾ ਹੁੰਦਾ ਸੀ ਆ ਕੇ ਕੁਲਚੇ ਛੋਲਿਆਂ ਵਾਲਾ ਭਾਈ ਲਓ ਜੀ ਆਪਾਂ ਬ੍ਰੈਡਾਂ ਰੱਖਤੀਆਂ ਤਵੇ 'ਤੇ ਟੋਸਟ ਕਰਨ ਦੇ ਲਈ ਇਹਦੇ 'ਤੇ ਸੋਹਣੀਆਂ ਕ੍ਰਿਸਪੀ ਬਣ ਜਾਂਦੀਆਂ ਆ ਬਟਰ ਲਾ ਲਵੇ ਪਹਿਲਾਂ ਮਾੜਾ ਜਿਹਾ ਬ੍ਰੈਡ ਦਾ ਹੀ ਨਹੀਂ ਲਿਆ ਸਵਾਦ ਆਉਂਦਾ ਉਹ ਦੂਜੀਆਂ ਦੇ ਵਿੱਚ ਕੱਟ ਫਲਿੱਪ ਕਰ ਲਿਆ ਆ ਦੇਖੋ ਕਿੰਨੀਆਂ ਸੋਹਣੀਆਂ ਕ੍ਰਿਸਪੀ ਲੱਗ ਰਹੀਆਂ ਥੋੜ੍ਹੇ ਹੋਰ ਬਟਰ ਲਾ ਦਿੰਦੇ ਵਿੱਚ ਮੰਮੀ ਤੁਸੀਂ ਕੀ ਬਣਾਉਣ ਲੱਗੇ ਮੰਮੀ ਬਣਾਉਣ ਲੱਗੇ ਆ ਕੱਚੀ ਲੱਸੀ ਇਹਦੇ ਲਈ ਆਪਾਂ ਪਾਣੀ ਅਤੇ ਦੁੱਧ ਦੀ ਵਰਤੋਂ ਕਰਦੇ ਹਾਂ ਥੋੜ੍ਹਾ ਜਿਹਾ ਵਿੱਚ ਨਮਕ ਪਾਉਂਦੇ ਹਾਂ ਜੀ ਦੁੱਧ ਓਕੇ ਦੁੱਧ ਨੂੰ ਦੇਖ ਕੇ ਤਾਂ ਯੂਵੀ ਨੂੰ ਉਦੋਂ ਹੀ ਭੁੱਖ ਲੱਗ ਜਾਂਦੀ ਆ ਕਦੀ ਮੰਮੀ ਗਰਮੀ ਲੱਗਦੀ ਹੈ ਕਦੀ ਠੰਡ ਲੱਗਦੀ ਹੈ ਹੈਗਾ ਤਾਂ ਇੱਦਾਂ ਹੀ ਪਤਾ ਘਰ ਅੰਦਰੋਂ ਠੰਡੇ ਆ ਬਾਹਰ ਜਦੋਂ ਧੁੱਪ ਨਿਕਲਦੀ ਫੇਰ ਗਰਮੀ ਲੱਗਦੀ ਹੈ ਹੀ ਹੈ ਲਓ ਜੀ ਸਾਡੇ ਦੋ ਕੁਲਚੇ ਰੈਡੀ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਹਾਂਜੀ ਹਾਂਜੀ ਕੀ ਕਹਿਣਾ ਕੀ ਖਾਣਾ ਤੁਸੀਂ ਗਨੂਰ ਬਰਗਰ ਨਹੀਂ ਇਹ ਕਿੱਦਾਂ ਦੇ ਬਣੇ ਹਾਂਜੀ ਸਵਾਦ ਆ ਭਾਅ ਜੀ ਕਿੱਦਾਂ ਲੱਗਿਆ ਤਾਂ ਹੀ ਟਾਈਮ ਪਾਸ ਡੇਰੀ ਸਵਾਦ ਆ ਚਲੋ ਤੁਸੀਂ ਵੀ ਜਿਹੜੇ ਵੀ ਸਾਡੇ ਚੈਨਲ ਨੂੰ ਦੇਖਦੇ ਪਏ ਹੋ ਆਪੋ ਆਪਣੇ ਘਰਾਂ 'ਚ ਇਸੇ ਤਰ੍ਹਾਂ ਬਣਾ ਕੇ ਦੇਖਿਓ ਇਹ ਕਿੱਦਾਂ ਲੱਗਦੇ ਆ ਮੰਮੀ ਬਹੁਤ ਵਧੀਆ ਲੱਗਦੇ ਨੇ ਇੰਡੀਆ ਵਾਲਾ ਟੇਸਟ ਐਂ ਨਹੀਂ ਆਉਂਦਾ ਹੈ ਜਿੱਦਾਂ ਬਣਾਓ ਤੇਰੇ ਬੱਚੇ ਆਪੋ ਆਪਣੇ ਸਕੂਲ ਦਾ ਹੋਮਵਰਕ ਕਰ ਰਹੇ ਆ